ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਸਾਇਫਾਈ ਸਟਡੀ ਦੇ ਉੱਪਰ ਹਾਂਜੀ ਜਿਵੇਂ ਕਿ ਆਪਾਂ ਚੈਪਟਰ ਸਾਇਨਿਕ ਕਿਰਿਆ ਅਤੇ ਸਮੀਕਰਨ ਕਰ ਰਹੇ ਹਾਂ ਜਿਸ ਦਾ ਕਿ ਅੱਜ ਆਪਾਂ 3rd ਪਾਰਟ ਲੈ ਕੇ ਆਇਆ ਆਈ ਹੋਪ ਤੁਸੀਂ ਸਭ ਨੇ ਦੋ ਪਾਰਟ ਚੰਗੀ ਤਰ੍ਹਾਂ ਨਾਲ ਦੇਖ ਲਈ ਹੋਣਗੇ ਚਲੋ ਆਪਾਂ 3rd ਪਾਰਟ ਜਿਹੜਾ ਸਟਾਰਟ ਕਰਦੀਆਂ ਜਿਸ ਦਾ ਆਪਣਾ ਟੌਪਿਕ ਹੈ ਆਕਸੀਕਰਨ ਅਤੇ ਲਗੂਕਰਨ ਆਕਸੀਡੇਸ਼ਨ ਐਂਡ ਰਿਡਕਸ਼ਨ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਆਕਸੀਕਰਨ ਕੀ ਹੁੰਦਾ ਹੈ ਦੇਖੋ ਇੱਕ ਐਗਜ਼ਾਮਪਲ ਦੇ ਥਰੂ ਦੇਖਦੇ ਹਾਂ ਜਿਸ ਤਰ੍ਹਾਂ ਆਪਾਂ ਨੇ ਕੀ ਲਿਆ ਕਾਪਰ ਲਿਆ ਸੀ ਉਹਨੂੰ ਕੀ ਆਕਸੀਜਨ ਦੇ ਨਾਲ ਕਿਰਿਆ ਕਰਵਾਈ ਤਾਂ ਆਪਣੇ ਕੋਲੇ ਕੀ ਬਣ ਗਿਆ ਕਾਪਰ ਆਕਸਾਈਡ ਦੇਖੋ ਜਿਹੜਾ ਕਾਪਰ ਆਕਸਾਈਡ ਆਇਆ ਕਿ ਇਹ ਕਾਲੇ ਰੰਗ ਦੀ ਇੱਕ ਪਰਤ ਹੈ ਜਿਹੜੀ ਕਿ ਕਾਪਰ ਦੇ ਉੱਪਰ ਚੜ ਗਈ ਕਾਪਰ ਪਾਊਡਰ ਦੇ ਉੱਪਰ ਕਿ ਕਾਲੇ ਰੰਗ ਦੀ ਪਰਤ ਚੜ ਕੇ ਕੀ ਬਣ ਗਿਆ ਆਪਣੇ ਕੋਲੇ ਕਾਪਰ ਆਕਸਾਈਡ ਮਤਲਬ ਕਿ ਇਹਨੇ ਕੀ ਆਕਸੀਜਨ ਪ੍ਰਾਪਤ ਕਰ ਲਈ ਹੁਣ ਅਗਰ ਇਸੇ ਕਾਪਰ ਆਕਸਾਈਡ ਦੇ ਵਿੱਚੋਂ ਆਪਾਂ ਹਾਈਡਰੋਜਨ ਗੈਸ ਨੂੰ ਲੰਗਾਈਏ ਤਾਂ ਜਿਹੜੀ ਇਹ ਕਾਲੇ ਰੰਗ ਦੀ ਪਰਤ ਸੀਗੀ ਉਹ ਕੀ ਹੋ ਗਿਆ ਪੂਰੇ ਰੰਗ ਦੀ ਹੋ ਗਈ ਠੀਕ ਹੈ ਪਰਿਵਰਤਿਤ ਹੋ ਗਈ ਤੇ ਵਾਪਸ ਆਪਾਂ ਨੂੰ ਦਾ ਕਾਪਰ ਸੀਗਾ ਵਾਪਸ ਮਿਲ ਗਿਆ ਦੇ ਨਾਲ ਕੀ ਨਿਕਲ ਗਿਆ ਆਪਣੇ ਕੋਲੇ ਵਾਟਰ ਨਿਕਲ ਗਿਆ ਇਹ ਦੋਨੇ ਜਿਹੜੀਆਂ ਐਗਜ਼ੈਂਪਲ ਨੇ ਇਹ ਆਕਸੀਕਰਨ ਅਤੇ ਲਗੂਕਰਨ ਦੀਆਂ ਐਗਜ਼ੈਂਪਲਸ ਨੇ ਦੇਖੋ ਜਿਹੜੀ ਕਿਰਿਆ ਦੇ ਵਿੱਚ ਆਕਸੀਜਨ ਜਿਹੜੀ ਪ੍ਰਾਪਤ ਕੀਤੀ ਜਾਂਦੀ ਹੈ ਜਿਵੇਂ ਕਿ ਆਹ ਵਾਲੀ ਐਗਜ਼ੈਂਪਲ ਹੈ ਜਿਹੜੀ ਕਿਰਿਆ ਵਿੱਚ ਆਕਸੀਜਨ ਦੀ ਪ੍ਰਾਪਤੀ ਹੁੰਦੀ ਹੈ ਉਸ ਨੂੰ ਆਪਾਂ ਕਹਿੰਦੇ ਆਕਸੀਕਰਨ ਆਕਸੀਕਰਨ ਮਤਲਬ ਕਿ ਆਕਸੀਜਨ ਦੀ ਪ੍ਰਾਪਤੀ ਜਿਹੜੀ ਕਿਰਿਆਵਾਂ ਦੇ ਵਿੱਚ ਆਕਸੀਜਨ ਦਾ ਕੀ ਹੁੰਦਾ ਹੈ ਆਕਸੀਜਨ ਗਵਾਈ ਜਾਂਦੀ ਹੈ ਉਹਨਾਂ ਆਪਾਂ ਕਹਿੰਦੇ ਹਾਂਗੇ ਲਗੂ ਕਰਨ ਕਈ ਤਰੀਕਿਆਂ ਨਾਲ ਆਪਾਂ ਦੋ ਡੈਫੀਨੀਸ਼ਨਾਂ ਯਾਦ ਕਰ ਸਕਦੀਆਂ ਆ ਆਕਸੀਕਰਨ ਅਤੇ ਲਘੂਕਰਨ ਦੀਆਂ ਠੀਕ ਹੈ ਜਿਹਦੇ ਵਿੱਚ ਆਕਸੀਜਨ ਆ ਜਿਹੜੀ ਜੋੜੀ ਜਾਂਦੀ ਹੈ ਉਹਨੂੰ ਕਹਿੰਦੇ ਆਪਾਂ ਆਕਸੀਕਰਨ ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਜਿਹਦੇ ਵਿੱਚ ਆਕਸੀਜਨ ਬਾਹਰ ਨਿਕਲਦੀਆਂ ਉਹ ਕਹਿੰਦੇ ਆਪਾਂ ਲਘੂਕਰਨ ਦੂਸਰੀ ਡੈਫੀਨੀਸ਼ਨ ਇਹਦੀ ਹੈਗੀ ਆ ਜਿਹਦੇ ਵਿੱਚੋਂ ਹਾਈਡਰੋਜਨ ਬਾਹਰ ਨਿਕਲਦੀ ਹੈ ਉਹਨੂੰ ਕਹਿੰਦੇ ਆਪਾਂ ਪਾਕਸੀਕਰਨ ਜਿਹਦੇ ਵਿੱਚ ਹਾਈਡਰੋਜਨ ਜੋੜੀ ਜਾਂਦੀ ਹੈ ਉਹਨੂੰ ਕਹਿੰਦੇ ਆਪਾਂ ਲਘੂਕਰਨ ਇਸ ਤਰੀਕੇ ਨਾਲ ਤੁਸੀਂ ਦੋਨੇ ਡੈਫੀਨੇਸ਼ਨਾਂ ਦੇ ਬੇਸ ਤੇ ਲਗੂਕਰਨ ਤੇ ਆਕਸੀਕਰਨ ਨੂੰ ਯਾਦ ਕਰ ਸਕਦੇ ਹੋ ਇਸ ਤੋਂ ਬਾਅਦ ਹੁੰਦਾ ਹੈ ਕਿ ਅਜਿਹੀਆਂ ਕਿਰਿਆਵਾਂ ਵੀ ਹੁੰਦੀਆਂ ਨੇ ਜਿਦੇ ਵਿੱਚ ਆਕਸੀਕਰਨ ਤੇ ਲਗੂਕਰਨ ਦੋਵੇਂ ਇੱਕ ਕਿਰਿਆ ਵਿੱਚ ਹੀ ਹੁੰਦੇ ਨੇ ਠੀਕ ਹੈ ਅਗਰ ਦੋਨੇ ਇਕੱਠੇ ਇੱਕ ਕਿਰਿਆ ਦੇ ਵਿੱਚ ਹੋਣ ਤਾਂ ਉਹਨਾਂ ਨੂੰ ਆਪਾਂ ਕਹਿੰਦੇ ਆ ਰਿਡੌਕਸ ਕਿਰਿਆਵਾਂ ਰਿਡੌਕਸ ਮਤਲਬ ਕਿ ਰਿਡਕਸ਼ਨ ਤੇ ਆਕਸੀਡੇਸ਼ਨ ਦੋਨੇ ਇਕੱਠੇ ਹੀ ਹੋਇਆ ਤਾਂ ਇਸ ਕਰਕੇ ਉਹਨਾਂ ਕਿਰਿਆਵਾਂ ਨੂੰ ਆਪਾਂ ਕਹਿੰਦੇ ਆ ਰਿਡੌਕਸ ਕਿਰਿਆਵਾਂ ਠੀਕ ਹੈ ਦੇਖੋ ਅਜਿਹੀਆਂ ਕਿਰਿਆਵਾਂ ਜਿਨ੍ਹਾਂ ਵਿੱਚ ਆਕਸੀਕਰਨ ਅਤੇ ਲਘੂਕਰਨ ਇਕੱਠੇ ਹੁੰਦੇ ਆ ਜਿਵੇਂ ਆਪਾਂ ਨੇ ਲਿਆ ਕਾਪਰ ਆਕਸਾਈਡ ਨਾਲ ਕਿਹੜਾ ਹਾਈਡਰੋਜਨ ਤਾਂ ਕੀ ਬਣ ਗਿਆ ਆਪਣੇ ਕੋਲੇ ਕਾਪਰ ਤੇ ਨਾਲ ਬਣ ਗਿਆ ਵਾਟਰ ਉੱਪਰ ਵਾਲੀਆਂ ਦੋਨੇ ਰਿਐਕਸ਼ਨਸ ਨੂੰ ਆਪਣੇ ਜੋੜ ਕੇ ਲਿਖਤਾ ਦੇਖੋ ਕਾਪਰ ਆਕਸਾਈਡ ਕੋਲੇ ਆਕਸੀਜਨ ਸੀ ਇਹ ਕੀ ਕਰਤਾ ਆਕਸੀਜਨ ਦਾ ਲਾਸ ਕਰਤਾ ਇਹਦਾ ਮਤਲਬ ਕੀ ਹੋ ਗਿਆ ਲਘੂਕਰਨ ਹੋ ਗਿਆ ਹਾਈਡਰੋਜਨ ਸੀ ਕੱਲਾ ਉਹਨੇ ਆਕਸੀਜਨ ਨੂੰ ਲੈ ਲਿਆ ਆਕਸੀਜਨ ਦੀ ਪ੍ਰਾਪਤੀ ਹੋ ਗਈ ਇਸ ਕਰਕੇ ਇਹਨੂੰ ਕਹਿੰਦੇ ਆਪਾਂ ਆਕਸੀਕਰਨ ਸਿਮILAR ਆਪਣੇ ਕੋਲ ਹੋਰ ਵੀ ਐਗਜ਼ਾਮਪਲਸ ਨੇ ਦੇਖੋ ਜ਼ਿੰਕ ਆਕਸਾਈਡ ਸੀ ਕਾਰਬਨ ਨਾਲ ਰਿਐਕਟ ਕੀਤਾ ਕੀ ਬਣ ਗਿਆ ਜ਼ਿੰਕ ਨਾਲ ਕੀ ਬਣ ਗਿਆ ਕਾਰਬਨ ਆਕਸਾਈਡ ਦੇਖੋ ਇਹਦੇ ਵਿੱਚ ਰਿਡਕਸ਼ਨ ਵੀ ਹੋਈ ਹੈ ਤੇ ਆਕਸੀਡੇਸ਼ਨ ਵੀ ਹੋਈ ਹੈ ਨੈਕਸਟ ਐਗਜ਼ਾਮਪਲ ਵੀ ਆਪਣੇ ਕੋਲ ਇਸ ਤਰ੍ਹਾਂ ਨਾਲ ਹੀ ਹੈ ਹੁਣ ਆਪਾਂ ਦੇਖਦੇ ਹਾਂ ਇੱਕ ਹੁੰਦਾ ਨੇ ਆਕਸਕ੍ਰਿਤ ਇੱਕ ਹੁੰਦਾ ਨੇ ਲਗੂਕ੍ਰਿਤ ਠੀਕ ਹੈ ਆਕਸਕ੍ਰਿਤ ਆਕਸਕ੍ਰਿਤ ਕੀ ਕਰਦੇ ਨੇਗੇ ਜਿਵੇਂ ਦੇਖੋ ਕਾਰਬਨ ਜਿਹੜੀ ਇਹ ਕੀ ਕਹਿੰਦੇ ਆਕਸਕ੍ਰਿਤ ਹੋ ਕੇ ਕੀ ਬਣਾ ਰਹੀ ਹੈ ਕਾਰਬਨ ਆਕਸਾਈਡ ਠੀਕ ਹੈ ਐਂਡ ਜਿਹੜਾ ਜਿੰਕ ਆਕਸਾਈਡ ਹੈ ਉਹ ਕੀ ਕਰ ਰਿਹਾ ਹੋ ਰਿਹਾ ਹੈ ਲਗੂਕਰਿਤ ਰਿਡਿਊਸ ਰਿਡਿਊਸ ਮਤਲਬ ਕਿ ਜਿਹੜਾ ਲਗੂਕਰਿਤ ਹੁੰਦਾ ਹੈ ਉਹ ਆਪ ਲਗੂਕਰਨ ਕਰਕੇ ਆਕਸੀਜਨ ਦਾ ਰਿਮੂਵ ਕਰ ਦਿੰਦਾ ਆਕਸੀਜਨ ਨੂੰ ਬਾਹਰ ਕੱਢ ਦਿੰਦਾ ਤੇ ਜਿਹੜਾ ਆਪਣੇ ਕੋਲੇ ਆਕਸਕ੍ਰਿਤ ਹੁੰਦਾ ਉਹ ਆਕਸੀਜਨ ਨੂੰ ਲੈ ਲੈਂਦਾ ਅਸੈਪਟ ਕਰ ਲੈਂਦਾ ਠੀਕ ਹੈ ਇਸ ਤਰ੍ਹਾਂ ਕੀ ਆਕਸੀਕਰਨ ਤੇ ਲਗੂਕਰਨ ਕਿਰਿਆਵਾਂ ਹੁੰਦੀਆਂ ਨੇ ਫਿਰ ਇਹਨਾਂ ਨੇ ਉਹੀ ਐਗਜ਼ਾਮਪਲ ਵਾਪਸ ਦਿੱਤੀ ਹੈ ਕਿ ਕੋਈ ਵਸਤੂ ਆਕਸੀਜਨ ਪ੍ਰਾਪਤ ਕਰਦੀ ਹੈ ਜਾਂ ਫਿਰ ਹਾਈਡਰੋਜਨ ਗਵਾ ਦਿੰਦੀ ਹੈ ਉਹਨਾਂ ਆਪਾਂ ਕਹਿੰਦੇ ਕਿ ਉਹ ਆਕਸਕ੍ਰਿਤ ਹੋ ਰਹੀ ਹੈ ਇਸ ਦੇ ਉਲਟ ਜੇਕਰ ਕਿਸੇ ਕਿਰਿਆ ਵਿੱਚ ਵਸਤੂ ਆਕਸੀਜਨ ਗਵਾ ਦਿੰਦੀ ਹੈ ਅਤੇ ਹਾਈਡਰੋਜਨ ਗ੍ਰਹਿਣ ਕਰਦੀ ਹੈ ਉਸਨੂੰ ਆਪਾਂ ਕਹਿੰਦੇ ਆ ਲਗੂਕ੍ਰਿਤ ਇਹ ਦੋਨੇ ਜੜੀਆਂ ਇਹਦੀਆਂ ਡੈਫੀਨੇਸ਼ਨਾਂ ਨੇ ਠੀਕ ਹੈ ਨੈਕਸਟ ਆਪਣੇ ਕੋਲ ਹੈਗਾ ਖੋਰਨ ਦੇਖੋ ਖੋਰਨ ਕੀ ਹੁੰਦਾ ਆਪਾਂ ਨੂੰ ਪਤਾ ਹੈ ਕਿ ਜਦੋਂ ਵੀ ਆਪਾਂ ਕੋਈ ਲੋਹੇ ਦੀਆਂ ਵਸਤੂਆਂ ਲੈ ਕੇ ਆਉਨੇ ਆ ਤਾਂ ਉਹ ਬਹੁਤ ਚਮਕੀਲੀਆਂ ਹੁੰਦੀਆਂ ਨੇ ਠੀਕ ਹੈ ਔਰ ਥੋੜੇ ਟਾਈਮ ਬਾਅਦ ਕੀ ਹੁੰਦਾ ਉਹਦੇ ਉੱਪਰ ਇੱਕ ਪਰਤ ਜੰਮ ਜਾਂਦੀ ਹੈ ਲਾਲ ਭੂਰੇ ਰੰਗ ਦੀ ਪਰਤ ਜਿਹਨੂੰ ਆਪਾਂ ਕਹਿੰਦੇ ਆ ਕਿ ਜੰਗ ਲੱਗ ਗਈ ਠੀਕ ਹੈ ਜਰ ਲੱਗ ਗਈ ਜੰਗ ਲੱਗ ਗਈ ਤਾਂ ਇਹ ਕਿਉਂ ਹੁੰਦਾ ਜਦੋਂ ਵੀ ਜਿਹੜਾ ਲੋਹਾ ਹੈ ਹਵਾ ਅਤੇ ਪਾਣੀ ਦੇ ਸੰਪਰਕ ਦੇ ਵਿੱਚ ਆਉਂਦਾ ਤਾਂ ਕੀ ਹੁੰਦਾ ਉਹਦੀ ਰਸਟਿੰਗ ਹੋਣੀ ਸਟਾਰਟ ਹੋ ਜਾਂਦੀ ਹੈ ਉਹਨੂੰ ਜੰਗ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਾਨੀ ਕਿ ਰਸਾਇਨਿਕ ਕਿਰਿਆ ਹੋਣੀ ਸਟਾਰਟ ਹੋ ਜਾਂਦੀ ਹੈ ਠੀਕ ਹੈ ਤਾਂ ਇਸ ਤਰ੍ਹਾਂ ਹੋਰ ਵੀ ਧਾਤਾਂ ਨੇ ਜਿਵੇਂ ਕਾਪਰ ਹੈ ਸਿਲਵਰ ਹੈ ਉਹਨਾਂ ਦੇ ਰੰਗ ਵੀ ਨਹੀਂ ਜਿਹੜੇ ਬਦਲ ਜਾਂਦੇ ਨੇ ਹਰਾ ਹੋ ਜਾਂਦਾ ਠੀਕ ਹੈ ਕਾਲਾ ਹੋ ਜਾਂਦਾ ਇਸ ਤਰ੍ਹਾਂ ਨਾਲ ਕਿਉਂ ਹੁੰਦੇ ਨੇ ਕਿਉਂਕਿ ਇਹ ਕੀ ਹੈ ਸੱਲ ਤੇ ਜਾਵ ਜਾਂ ਪਾਣੀ ਨਾਲ ਹਵਾ ਨਾਲ ਕਿਰਿਆ ਕਰਕੇ ਖੁਰਨਾ ਸਟਾਰਟ ਹੋ ਜਾਂਦੀਆਂ ਨੇ ਜਿਹਨੂੰ ਆਪਾਂ ਕੀ ਕਹਿੰਦੇ ਆ ਖੋਰਨ ਜਿਸ ਤਰ੍ਹਾਂ ਚਾਂਦੀ ਤੇ ਕਾਲੇ ਰੰਗ ਦੀ ਕਾਪਰ ਤੇ ਹਰੇ ਰੰਗ ਦੀ ਪਰਤ ਚੜ ਜਾਂਦੀ ਹੈ ਠੀਕ ਹੈ ਖੋਰਨ ਦੇ ਕਾਰਨ ਕੀ ਕੀ ਹੁੰਦਾ ਹੈ ਆਪਣੇ ਕੋਲੇ ਖੋਰਨ ਕਿੱਥੇ ਕਿੱਥੇ ਹੋ ਸਕਦਾ ਜਿਵੇਂ ਪੁਲਾਂ ਤੇ ਜਿੱਥੇ ਜਿੱਥੇ ਲੋਹਾ ਲੱਗਿਆ ਹੋਊਗਾ ਲੋਹੇ ਦੀ ਰੇਲਿੰਗ ਹੋਊਗੀ ਜਹਾਜ਼ਾਂ ਵਿੱਚ ਤੰਤਵ ਜਿੱਥੇ ਇੱਥੇ ਆਪਾਂ ਵਰਤਦੇ ਹਾਂ ਉੱਥੇ ਸਾਰਿਆਂ ਸਮੇਂ ਇਹਨਾਂ ਦਾ ਕੀ ਹੈ ਨੁਕਸਾਨ ਹੋ ਸਕਦਾ ਹੈ ਠੀਕ ਹੈ ਇਨਾਂ ਨੂੰ ਕਿ ਆਪਾਂ ਕਰਦੇ ਕੀ ਆ ਅਗਰ ਆਪਾਂ ਨੇ ਖੋਰਨ ਤੋਂ ਬਚਾਉਣਾ ਹੋਵੇ ਤਾਂ ਆਪਾਂ ਕੀ ਕਰਦੇ ਆ ਗ੍ਰੀਸ ਕਰ ਦਿੰਨੇ ਆ ਪੇਂਟ ਕਰ ਦਿੰਨੇ ਆ ਜਾਂ ਇਸ ਤਰ੍ਹਾਂ ਦੀ ਕੋਈ ਪਰਤ ਚੜਾ ਦਿੰਨੇ ਆ ਇਸ ਤਰ੍ਹਾਂ ਦੀ ਧਾਤ ਦੀ ਕੋਈ ਪਰਤ ਜਿਹਦਾ ਖੋਰਨ ਨਹੀਂ ਹੁੰਦਾ ਠੀਕ ਹੈ ਜਿਵੇਂ ਜ਼ਿੰਕ ਦੀ ਪਰਤ ਚੜਾ ਦਈਏ ਜਿਹਦੇ ਕਰਕੇ ਖੋਰਨਾ ਜਿਹੜਾ ਨਾ ਹੋਵੇ ਨੈਕਸਟ ਆਪਣੇ ਕੋਲ ਹੈਗਾ ਦੁਰਗੰਧਤਾ ਦੇਖੋ ਜਿਹੜੀ ਵੀ ਆਪਾਂ ਚਰਬੀ ਵਾਲੇ ਤੇਲ ਵਾਲੇ ਖਾਣਾ ਬਣਾਉਣੇ ਆ ਭੋਜਨ ਬਣਾਉਣੇ ਆ ਤਾਂ ਕੁਝ ਅਜਿਹੇ ਪਦਾਰਥ ਹੁੰਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਦੁਰਗੰਧਤਾ ਆਉਣ ਲੱਗ ਜਾਂਦੀ ਹੈ ਠੀਕ ਹੈ ਸਮੈਲ ਆਉਣ ਲੱਗ ਜਾਂਦੀ ਹੈ ਬਦਬੂ ਜਾਂ ਗੰਦਾ ਆਪਾਂ ਕਹਿੰਦੇ ਆ ਤੇ ਉਹਨਾਂ ਦਾ ਸਵਾਦ ਕੀ ਬਦਲ ਜਾਂਦਾ ਹੈ ਤਾਂ ਆਪਾਂ ਕਹਿੰਦੇ ਆ ਕਿ ਉਹ ਕੀ ਹੈ ਖਰਾਬ ਹੋ ਗਈ ਉਹ ਕੀ ਹੈ ਦੁਰਗੰਧ ਹੋ ਗਈ ਠੀਕ ਹੈ ਅਜਿਹਾ ਕਿਉਂ ਹੁੰਦਾਗਾ ਕਿਉਂਕਿ ਜਿਹੜੇ ਚਰਬੀਏ ਤੇ ਤੇਲ ਵਾਲੇ ਪਦਾਰਥ ਨੇ ਠੀਕ ਹੈ ਉਹਨਾਂ ਦਾ ਕੀ ਹੋ ਜਾਂਦਾ ਆਕਸੀਕਰਨ ਹੋ ਜਾਂਦਾ ਉਹਦੇ ਕੀ ਆਕਸੀਜਨ ਨਾਲ ਕਿਰਿਆ ਕਰਕੇ ਉਹ ਕੀ ਨੇ ਖਰਾਬ ਹੋ ਜਾਂਦੇ ਨੇ ਠੀਕ ਹੈ ਆਕਸੀਕਰਨ ਤੋਂ ਰੋਕਣ ਲਈ ਆਪਾਂ ਬਹੁਤ ਸਾਰੇ ਤਰੀਕੇ ਅਪਣਾਉਣੇ ਆ ਜਿਸ ਤਰ੍ਹਾਂ ਕਿ ਆਪਣੇ ਕੋਲ ਚਿਪਸ ਵਗੈਰਾ ਦੇ ਲੇਜ਼ ਚਿਪਸ ਹਨ ਆਪਣੇ ਕੋਲ ਕੁਰਕਰੇਜ ਜਿਹੜੇ ਵੀ ਪੈਕਟਾਂ ਚ ਚੀਜ਼ਾਂ ਹੁੰਦੀਆਂ ਨੇ ਉਹ ਕੀ ਬਹੁਤ ਫੁੱਲੇ ਫੁੱਲੇ ਹੁੰਦੀਆਂ ਉਹਨਾਂ ਚ ਕੀ ਪਾਇਆ ਹੁੰਦਾ ਨਾਈਟ੍ਰੋਜਨ ਗੈਸ ਜਿਹੜੀ ਨਾਈਟ੍ਰੋਜਨ ਗੈਸ ਹੈ ਇਹ ਉਹਨਾਂ ਦਾ ਆਕਸੀਕਰਨ ਨਹੀਂ ਹੁੰਦੀਂਦੀ ਆਕਸੀਕਰਨ ਹੋਣ ਤੋਂ ਬਚਾਉਂਦੀ ਹੈ ਜਿਹਦੇ ਕਰਕੇ ਉਹ ਖਰਾਬ ਨਹੀਂ ਹੁੰਦੇ ਦੇਖੋ ਅਗਰ ਆਪਾਂ ਪੈਕਟ ਨੂੰ ਖੋਲ੍ਹ ਕੇ ਰੱਖ ਦਾਂਗੇ ਤਾਂ ਥੋੜੇ ਟਾਈਮ ਬਾਅਦ ਹੀ ਜਿਹੜਾ 4-5 ਘੰਟਿਆਂ ਬਾਅਦ ਉਹ ਖਰਾਬ ਹੋ ਜਾਂਦੇ ਨੇ ਕਿਉਂਕਿ ਉਹਨਾਂ ਦਾ ਕੀ ਹੋ ਗਿਆ ऑक्सीकरण हो गया ऑक्सीजन ਦੇ ਸੰਪਰਕ ਦੇ ਵਿੱਚ ਆ ਗਏ ਠੀਕ ਹੈ ਇਸ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਆਪਾਂ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਦੇ ਹਾਂ ਜਿਵੇਂ ਆਚਾਰ ਵਗੈਰਾ ਹੋਗੇ ਤਾਂ ਉਹਨਾਂ ਦੇ ਵਿੱਚ ਆਪਾਂ ਜ਼ਿਆਦਾ ਮਾਤਰਾ ਦੇ ਵਿੱਚ ਤੇਲ ਜਾਂ ਫਿਰ ਨਮਕ ਦਾ ਯੂਜ਼ ਕਰਦੇ ਹਾਂ ਜਿਹੜੇ ਕਿ ਆਕਸੀਕਰਨ ਨੂੰ ਰੋਕਦੇ ਆ ਕਿਉਂਕਿ ਉਹਨਾਂ ਦੀ ਪਰਤਾਂ ਜਿਹੜੀ ਉਸ ਚੀਜ਼ ਦੇ ਉੱਪਰ ਬਣ ਜਾਂਦੀ ਹੈ ਤੇ ਉਹ ਦੁਰਗੰਧਤਾ ਤੋਂ ਬਚਾਉਂਦਾ ਹੈਗਾ ਠੀਕ ਹੈ ਇਹ ਆਪਣਾ ਸਾਰਾ ਫਸਟ ਚੈਪਟਰ ਸੀਗਾ ਫਸਟ ਚੈਪਟਰ ਦੇ ਵਿੱਚ ਦੇਖੋ ਆਪਾਂ ਨੇ ਕੀ ਕੀ ਪੜਿਆਗਾ ਆਪਾਂ ਨੇ ਪੜਿਆ ਕਿ ਅਵਿਕਾਰਕ ਕੀ ਹੁੰਦੇ ਆ ਉਤਪਾਦ ਕੀ ਹੁੰਦੇ ਆ ਉਹਨਾਂ ਨੂੰ ਭੌਤਿਕ ਅਵਸਥਾ ਦੇ ਵਿੱਚ ਆਪਾਂ ਨੇ ਕਿਵੇਂ ਲਿਖਣਾ ਹੈ ਰਸਾਇਣਿਕ ਸਮੀਕਰਨ ਨੂੰ ਆਪਾਂ ਨੇ ਸੰਤੁਲਿਤ ਕਿਵੇਂ ਕਰਨਾ ਹੈ ਕਿ ਦੋਨੇ ਪਾਸੇ ਉਤਪਾਦ ਤੇ ਅਵਿਕਾਰਕ ਦੀ ਜਿਹੜੀ ਸੰਖਿਆ ਪਰਮਾਣੂ ਦੀ ਬਰਾਬਰ ਹੋਣੀ ਚਾਹੀਦੀ ਹੈ ਫਿਰ ਆਪਾਂ ਨੇ ਸੰਯੋਜਨ ਕਿਰਿਆ ਬਾਰੇ ਪੜਿਆ ਕਿ ਦੋ ਜਾਂ ਦੋ ਤੋਂ ਵੱਧ ਪਦਾਰਥ ਮਿਲ ਕੇ ਨਵੀਂ ਚੀਜ਼ ਬਣਾਉਂਦੇ ਆ ਫਿਰ ਪੜਿਆ ਕਿ ਅਪਘਟਨ ਕਿਰਿਆ ਕੀ ਹੁੰਦੀ ਹੈ ਸੰਯੋਜਨ ਕਿਰਿਆ ਦੇ ਬਿਲਕੁਲ ਉਲਟ ਕਿ ਇਹਦੇ ਵਿੱਚ ਇੱਕ ਚੀਜ਼ ਟੁੱਟ ਕੇ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਬਣਾਉਂਦੀ ਆ ਇਹ ਪੜਿਆ ਆਪਾਂ ਨੇ ਠੀਕ ਹੈ ਉਸ ਤੋਂ ਬਾਅਦ ਚੋਂ ਆਪਾਂ ਨੇ ਇਹ ਵੀ ਪੜਿਆ ਕਿ ਦੋ ਤਰ੍ਹਾਂ ਦੀਆਂ ਕਿਰਿਆਵਾਂ ਹੁੰਦੀਆਂ ਨੇ ਇੱਕ ਤਾਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਊਰਜਾ ਜਿਹੜੀ ਬਾਹਰ ਨਿਕਲਦੀ ਹੈ ਉਹਨਾਂ ਆਪਾਂ ਕਹਿੰਦੇ ਆ ਤਾਪ ਨਿਕਾਸੀ ਕਿਰਿਆਵਾਂ ਇੱਕ ਇਸ ਤਰ੍ਹਾਂ ਦੀਆਂ ਕਿਰਿਆਵਾਂ ਹੁੰਦੀਆਂ ਜਿਨ੍ਹਾਂ ਵਿੱਚ ਆਪਾਂ ਨੂੰ ਤਾਪ ਦੇਣਾ ਪੈਂਦਾ ਉਹਨਾਂ ਨੂੰ ਆਪਾਂ ਕਹਿੰਦੇ ਆ ਤਾਪ ਸੋਖੀ ਕਿਰਿਆਵਾਂ ਇਸ ਤੋਂ ਬਾਅਦ ਆਪਾਂ ਦੋ ਵਿਸਥਾਪਨ ਦੀਆਂ ਕਿਰਿਆਵਾਂ ਪੜੀਆਂ ਸੀ ਇੱਕ ਤਾਂ ਜਿਹਦੇ ਵਿੱਚ ਇੱਕ ਜਾਂ ਇੱਕ ਜੋਗਿਕਾ ਜਿਹੜਾ ਉਹ ਵਿਸਥਾਪਿਤ ਹੋ ਕੇ ਕਿਰਿਆ ਕਰਦਾ ਉਹਨਾਂ ਕਹਿੰਦੇ ਆ ਵਿਸਥਾਪਨ ਕਿਰਿਆਵਾਂ ਅਗਰ ਆਪਣੇ ਕੋਲੇ ਦੋ ਦੋ ਪਰਮਾਣੂ ਜਾਂ ਦੋ ਤੋਂ ਵੱਧ ਪਰਮਾਣੂ ਅਦਲਾ ਬਦਲੀ ਕਰ ਲੈਣ ਉਹਨੂੰ ਆਪਾਂ ਕਹਿੰਦੇ ਹਾਂ ਦੋਹਰੀ ਵਿਸਥਾਪਨ ਕਿਰਿਆ ਫਿਰ ਆਪਾਂ ਨੇ ਅਵਖੇਪ ਪੜੇ ਸੀ ਕਿ ਕੁਝ ਚੀਜ਼ਾਂ ਕੁਝ ਸੋਲੂਸ਼ਨ ਹੈ ਜੇ ਹੁੰਦੇ ਨੇ ਜਿਹੜੇ ਘੁਲਦੇ ਨਹੀਂ ਤੇ ਨੀਚੇ ਬੈਠ ਜਾਂਦੇ ਆ ਅਵਖੇਪਨ ਬਣਾ ਦਿੰਦੇ ਆ ਉਹਨੂੰ ਕਹਿੰਦੇ ਆਪਾਂ ਅਵਖੇਪਨ ਕਿਰਿਆ ਫਿਰ ਆਪਾਂ ਨੇ ਆਕਸੀਡੇਸ਼ਨ ਜਾਨਕਿ ਆਕਸੀਕਰਿਤ ਤੇ ਲਘੂਕਰਿਤ ਪੜਿਆ ਸੀਗਾ ਤੇ ਉਹਨਾਂ ਨੂੰ ਜੇ ਅਗਰ ਦੋਨੇ ਇੱਕ ਪ੍ਰੋਸੈਸ ਦੇ ਵਿੱਚ ਹੋ ਰਹੇ ਹੋਣ ਉਹਨੂੰ ਆਪਾਂ ਕਹਿੰਦੇ ਸੀ ਰਿਡੌਕਸ ਕਿਰਿਆਵਾਂ ਠੀਕ ਹੈ ਇਹਦੇ ਵਿੱਚ ਆਕਸੀਜਨ ਦੀ ਪ੍ਰਾਪਤੀ ਜਾਂ ਹਾਈਡਰੋਜਨ ਦਾ ਲਾਸ ਹੁੰਦਾ ਸੀ ਜਾਂ ਫਿਰ ਹਾਈਡਰੋਜਨ ਦੀ ਪ੍ਰਾਪਤੀ ਆਕਸੀਜਨ ਦਾ ਲਾਸ ਹੁੰਦਾ ਸੀ ਠੀਕ ਹੈ ਆਕਸੀ ਇਹਦੇ ਵਿੱਚ ਫਿਰ ਆਪਾਂ ਨੂੰ ਆਕਸੀਕਰਨ ਤੇ ਲਗੂਕਰਨ ਬਾਰੇ ਆਪਾਂ ਨੇ ਪੜਿਆ ਇਸ ਨਾਲ ਆਪਣਾ ਚੈਪਟਰ ਜਿਹੜਾ ਕੰਪਲੀਟ ਹੁੰਦਾ ਹੈ ਇਹ ਸਾਰੇ ਕੁਐਸਚਨ ਤੁਸੀਂ ਨੇ ਟਰਾਈ ਕਰਕੇ ਦੇਖਣੇ ਨੇ ਇਕੁਏਸ਼ਨਸ ਨੂੰ ਬੈਲੈਂਸ ਕਰਕੇ ਦੇਖਣਾ ਅਗਰ ਕਿਸੇ ਨੂੰ ਵੀ ਕੋਈ ਡਾਊਟ ਹੋਊਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਆ ਜਿਹੜਾ ਸ਼ੇਅਰ ਕਰ ਸਕਦੇ ਹੋ ਤੁਸੀਂ ਟੈਲੀਗ੍ਰਾਮ ਜੋ ਗਰੁੱਪ ਨਾਲ ਵੀ ਜੁੜ ਸਕਦੇ ਹੋ ਜਿਹਦੇ ਵਿੱਚ ਤੁਸੀਂ ਆਪਣੇ ਸਾਰੇ ਡਾਊਟ ਡਿਸਕਸ ਕਰ ਸਕਦੇ ਹੋ ਹਰੇਕ ਵੀਡੀਓ ਦਾ ਪੀਡੀਐਫ ਹੈ ਜਿਹੜਾ ਉਸ ਗਰੁੱਪ ਦੇ ਵਿੱਚ ਪ੍ਰੋਵਾਈਡ ਕੀਤਾ ਜਾਂਦਾ ਹੈ ਤੁਹਾਡੇ ਸਬਜੈਕਟ ਨਾਲ ਰਿਲੇਟਡ ਜਿਵੇਂ ਪੰਜਾਬੀ ਹਿੰਦੀ ਐਸਐਸ ਮੈਥਸ ਇਹਨਾਂ ਸਾਰਿਆਂ ਦੇ ਕੁਇਜ਼ ਵੀ ਜਿਹੜੇ ਗਰੁੱਪ ਦੇ ਵਿੱਚ ਪਾਏ ਜਾਂਦੇ ਆ ਤੁਸੀਂ ਉਹ ਵੀ ਟਰਾਈ ਕਰ ਸਕਦੇ ਹੋ ਅਗਰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਨਸੈਪਟ ਕਿਸ ਤਰ੍ਹਾਂ ਦਾ ਲੱਗਿਆ ਟੌਪਿਕ ਸਮਝ ਆਇਆ ਜਾਂ ਨਹੀਂ ਆਇਆ ਜਾਂ ਫਿਰ ਕੋਈ ਡਾਊਟ ਰਹਿ ਗਿਆ ਵੀਡੀਓ ਨੂੰ ਲਾਈਕ ਕਰਿਆ ਕਰੋ ਐਂਡ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂ Thank you.